ਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਜੀ? ਠੀਕ ਠਾਕ ਹੋ? ਸੰਡੇ ਸੀ ਅੱਜ ਅਤੇ ਹੋਪ ਹੈ ਸਾਰੇ ਇੰਜੋਏ ਕਰ ਰਹੇ ਹੋਵੋਗੇ। ਠੰਡ ਹੈ, ਥੋੜ੍ਹਾ ਬਚ ਕੇ ਚਲੋ। ਅਤੇ ਅਸੀਂ ਨਿਊਜ਼, ਰਿਵਿਊਜ਼, ਅਪਡੇਟਸ ਬਾਰੇ ਗੱਲਾਂ ਕਰਦੇ ਹਾਂ। ਕਾਰ ਮੇਰੇ ਤੁਹਾਡਾ ਸਵਾਗਤ ਹੈ ਜੀ। ਮੈਂ ਬਲਵਿੰਦਰ ਸਿੰਘ ਹਾਂ ਅਤੇ ਪੰਜਾਬੀ ਸਾਡੀ ਗੱਲਬਾਤ ਚੱਲਦੀ ਹੈ, ਆਪਣੇ ਇੱਕ ਦੂਜੇ ਨਾਲ ਗੱਲਾਂ ਬਾਤਾਂ ਸਾਂਝੀਆਂ ਕਰਿਆ ਕਰਦੇ ਹਾਂ। ਨਵੀਂ ਲੇਟੈਸਟ ਕਾਰਾਂ ਜੋ ਆ ਰਹੀਆਂ ਨੇ, ਜਾਂ ਕਿਹੜੀ ਕਾਰ ਸੂਟੇਬਲ ਕਿਸ ਕੰਮ ਵਾਸਤੇ ਰਹੇਗੀ, ਸਪੇਅਰ ਪਾਰਟਸ ਵਗੈਰਾ ਕੁਛ ਵੀ, ਜੋ ਵੀ ਆਟੋਮੋਬਾਈਲ ਇੰਡਸਟਰੀ ਨਾਲ ਰਿਲੇਟਡ ਗੱਲਾਂ, ਉਹ ਆਪਾਂ ਗੱਲਾਂ ਕਰਦੇ ਹਾਂ। ਅਤੇ ਜੇ ਇਹ ਰਿਵਿਊਜ਼ ਜਾਂ ਨਿਊਜ਼ ਜਾਂ ਵੀਡੀਓਜ਼ ਤੁਹਾਨੂੰ ਨਵੀਆਂ ਨਵੀਆਂ ਚਾਹੀਦੀਆਂ ਨੇ ਡੇਲੀ, ਤਾਂ ਪਲੀਜ਼ ਸਬਸਕ੍ਰਾਈਬ ਕਰ ਲਓ ਅਤੇ ਨੀਚੇ ਨੋਟੀਫਿਕੇਸ਼ਨ ਬੈਲ ਵੀ ਔਨ ਕਰ ਲਓ, ਤਾਂ ਕਿ ਡੇਲੀ ਤੁਹਾਡੇ ਤੱਕ ਸਾਰੀ ਵੀਡੀਓਜ਼ ਤੁਹਾਡੇ ਤੱਕ ਪਹੁੰਚਿਆ ਕਰਨ। ਅਤੇ ਵੀਡੀਓ ਅੰਤ ਤੱਕ ਦੇਖਿਓ, ਕਿਉਂਕਿ ਅੱਜ ਇਹ ਵੀਡੀਓ ਹੈਗਾ, ਇੱਕ ਕੰਪਨੀ ਇੰਡੀਆ 'ਚ ਆਈ ਸੀ, ਉਹ ਦੁਬਾਰਾ ਇਸਟੈਬਲਿਸ਼ ਹੋਣ ਦੀ ਕੋਸ਼ਿਸ਼ 'ਚ ਹੈ। ਅੱਗੇ ਉਹ ਕਦੋਂ ਉਹਦੇ ਪ੍ਰੋਡਕਟ ਆਉਣਗੇ, ਕੀ ਪ੍ਰੋਡਕਟ 'ਚ ਖਾਸੀਅਤ ਹੋਣਗੀਆਂ, ਕੀ ਉਹ ਪ੍ਰੋਡਕਟ ਸਾਨੂੰ ਵੈਲਿਊ ਫਰ ਮਨੀ ਦੇ ਪਾਏਗਾ, ਕਿਹਦੇ ਨਾਲ ਉਹਦੀ ਟੱਕਰ ਹੋਏਗੀ, ਆਪਾਂ ਸਾਰੀ ਗੱਲ ਸ਼ੁਰੂ ਕਰਦੇ ਹਾਂ। ਤਾਂ ਚਲੋ ਸ਼ੁਰੂ ਕਰਦੇ ਹਾਂ। ਅੱਜ ਅਸੀਂ ਗੱਲ ਕਰਨ ਲੱਗੇ ਹਾਂ ਜੀ ਪੀਜ਼ੋ ਬਾਰੇ। ਪੀਜ਼ੋ ਕੰਪਨੀ ਇੰਡੀਆ 'ਚ ਪਹਿਲਾਂ ਆਈ ਸੀ, ਪ੍ਰੀਮੀਅਰ ਆਟੋਮੋਬਾਈਲ ਦੇ ਨਾਲ ਇੰਡਸਟਰੀ ਇਹਨਾਂ ਨੇ ਲਗਾਈ ਸੀ 1991 ਦੇ ਅੰਦਰ, ਜਿਹਦੇ 'ਚ 309 ਨਾਮ ਤੋਂ ਇੱਕ ਗੱਡੀ ਇਹਨੇ ਕੱਢੀ ਸੀ। 10,000 ਯੂਨਿਟ ਬਣੇ ਸੀ ਉਹਦੇ, ਉਹ ਤਕਰੀਬਨ ਵਿਕ ਵੀ ਚੁੱਕੇ ਸੀ, ਪਰ ਇੱਕ ਲੇਬਰ ਦੀ ਪ੍ਰੋਬਲਮ ਹੋਣ ਕਰਕੇ, ਕੁਛ ਗੌਰਮੈਂਟ ਦੇ ਇਸ਼ੂਜ਼ ਹੋਣ ਕਰਕੇ, ਇਸ ਕਰਕੇ ਉਹ ਗੱਡੀ ਦਾ ਪ੍ਰੋਡਕਸ਼ਨ ਬੰਦ ਕਰਨਾ ਪਿਆ ਉਹਨਾਂ ਨੂੰ। ਦੁਬਾਰਾ 2011 ਦੇ ਅੰਦਰ ਇੱਕ ਗੱਡੀ ਦੁਬਾਰਾ ਪੀਜ਼ੋ ਕੰਪਨੀ ਦੁਬਾਰਾ ਗੱਡੀ ਬਣਾਉਣ ਵਾਸਤੇ ਪਲਾਂਟ ਇਹਨਾਂ ਨੇ ਲਗਾਇਆ। ਪਲਾਂਟ ਦਾ ਜੋ ਕੰਮ ਸੀ ਉਹ ਵਿੱਚੇ ਹੀ ਬੰਦ ਕਰਨਾ ਪਿਆ ਫਾਈਨੈਂਸ਼ੀਅਲ ਕ੍ਰਾਈਸਿਸ ਕਰਕੇ ਉਹਨਾਂ ਨੂੰ, ਅਤੇ ਗੱਡੀ ਤਾਂ ਵੀ ਨਹੀਂ ਆ ਪਾਈ ਇੱਥੇ ਇੰਡੀਆ 'ਚ। ਉਸ ਤੋਂ ਬਾਅਦ ਹੁਣ ਸੀ ਕੇ ਬਿਰਲਾ ਗਰੁੱਪ ਦੇ ਨਾਲ ਮਿਲ ਕੇ ਇੰਡੀਆ ਦੇ ਅੰਦਰ ਇਹ ਪ੍ਰੋਡਕਸ਼ਨ ਆਪਣੀ ਗੱਡੀ ਦੀ ਸਟਾਰਟ ਕਰਨੀ ਚਾਹੁੰਦੇ ਨੇ। ਗੱਡੀ ਦਾ ਨਾਮ ਹੈ ਜੀ ਪੀਜ਼ੋ 208। ਇਹ ਗੱਡੀ ਸੀ ਕੇ ਬਿਰਲਾ ਗਰੁੱਪ ਦੇ ਨਾਲ ਜੁਆਇੰਟ ਵੈਂਚਰ 'ਚ ਗੱਡੀ ਪ੍ਰੋਡਕਸ਼ਨ ਹੋਏਗੀ, ਪਲੱਸ ਸੇਲ ਵੀ ਹੋਏਗੀ ਇੰਡੀਆ 'ਚ ਉਹਨਾਂ ਦੇ ਵੈਂਚਰ ਦੇ ਨਾਲ ਹੀ। ਅਤੇ ਇਹ ਗੱਡੀ ਵਾਸਤੇ ਅੰਬੈਸਡਰ ਦੀ ਯੂਨਿਟ ਜਿਹੜੀ ਹੈਗੀ ਹੈ, ਪ੍ਰੋਡਕਸ਼ਨ ਹਾਊਸ ਜਿਹਨੂੰ ਫੈਕਟਰੀ ਆਪਾਂ ਬੋਲਦੇ ਹਾਂ, ਉਹ 80 ਕਰੋੜ ਰੁਪਏ ਦੇ ਅੰਦਰ ਖਰੀਦ ਲਿੱਤੀ ਗਈ ਹੈ ਪੀਜ਼ੋ ਵੱਲੋਂ। ਅਤੇ ਕਹਿਣ ਦਾ ਮਤਲਬ ਤਾਂ ਇਹੀ ਹੋ ਗਿਆ ਕਿ ਪ੍ਰੋਡਕਸ਼ਨ ਵਾਸਤੇ ਜਗ੍ਹਾ ਵੀ ਆਪਣੇ ਕੋਲ ਤਿਆਰ ਪਈ ਹੈ, ਪਲਾਂਟ ਆਪਣੇ ਕੋਲ ਰੇਡੀ ਪਿਆ, ਅਤੇ ਜ਼ਿਆਦਾ ਦੇਰ ਆਪਾਂ ਲੱਗਣੀ ਨਹੀਂ ਚਾਹੀਦੀ ਇਹਨਾਂ ਕੰਮਾਂ 'ਚ। ਹਾਂ, ਇੱਕ ਗੱਲ ਹੋਰ ਹੈ ਕਿ ਟੈਸਟਿੰਗ 'ਚ ਆਲਰੇਡੀ ਗੱਡੀ ਹੈਗੀ ਹੈ, 208 ਕਈ ਜਗ੍ਹਾ ਦੇਖੀ ਜਾ ਚੁੱਕੀ ਹੈ ਟੈਸਟਿੰਗ ਦੇ ਅੰਦਰ। ਅਤੇ ਕੀ ਖਾਸੀਅਤ ਹੋਏਗੀ ਜੀ ਇਸ ਗੱਡੀ ਅੰਦਰ, ਕੀ ਚੀਜ਼ਾਂ ਇਸ ਗੱਡੀ ਦੇ ਅੰਦਰ ਹੈਗੀਆਂ, ਆਪਾਂ ਉਹ ਬਾਰੇ ਗੱਲ ਕਰਦੇ ਹਾਂ। ਤਾਂ ਚਲੋ ਸਟਾਰਟ ਕਰਦੇ ਹਾਂ ਜੀ। ਸੋ 208 ਬੇਸਿਕਲੀ ਪਹਿਲਾਂ ਆਲਰੇਡੀ ਚੱਲ ਰਹੀ ਪ੍ਰੋਡਕਸ਼ਨ ਦੇ ਅੰਦਰ ਹੈਗੀ ਹੈ। ਇੰਜਨ ਵੀ ਇਹਦਾ ਆਲਰੇਡੀ ਬੜਾ ਸਕਸੈਸਫੁਲ ਇੰਜਨ ਹੈ, ਪੈਟਰੋਲ ਦੇ ਅੰਦਰ, ਡੀਜ਼ਲ ਦੇ ਅੰਦਰ ਵੀ ਗੱਡੀ ਆਏਗੀ। ਅਤੇ ਇੰਟੀਰੀਅਰ ਤੋਂ ਆਪਾਂ ਸਟਾਰਟਿੰਗ ਕਰਦੇ ਹਾਂ। ਇੰਟੀਰੀਅਰ ਇਹਦਾ ਇੰਟੀਰੀਅਰ ਕਰੀ ਐਕਸਟੀਰੀਅਰ ਕਰੀ, ਚਲੋ ਐਕਸਟੀਰੀਅਰ ਤੋਂ ਕਰਦੇ ਹਾਂ। ਐਕਸਟੀਰੀਅਰ ਜੀ ਇਹਦਾ ਸਵੈਪਟ ਬੈਕ ਹੈਡਲੈਂਪ ਇਹਦੇ ਅੰਦਰ ਆਣਗੇ, ਪ੍ਰੋਜੈਕਟਡ ਹੈਡਲੈਂਪ ਨੇ, LED DRLs ਜੋ ਅੱਜ ਕੱਲ੍ਹ ਟ੍ਰੈਂਡ ਚੱਲ ਰਿਹਾ, ਬੜੇ ਖੂਬਸੂਰਤ ਲੱਗ ਰਹੇ ਹਾਂ। ਕਾਰ ਦੀ ਬਣਾਵਟ ਬੜੀ ਖੂਬਸੂਰਤ ਹੈ। ਫਰੰਟ ਮੈਨੂੰ ਥੋੜ੍ਹਾ ਥੋੜ੍ਹਾ ਭੁਲੇਖਾ i20 ਦਾ ਬੰਦਾ, ਝਲਕ ਪੈਂਦੀ i20 ਦੀ, ਰਾਊਂਡ ਸ਼ੇਪ ਦੇ ਫੋਗ ਲੈਂਪ ਹੋਣਗੇ ਦੇ ਅੰਦਰ, ਗ੍ਰਿਲ ਥੋੜ੍ਹੀ ਸ਼ਾਨਦਾਰ ਲੱਗ ਰਹੀ ਹੈ ਦੇਖਣ ਨੂੰ, ਖੂਬਸੂਰਤ ਆ। ਬੋਨਟ ਬੜਾ ਸਲੋਪਿੰਗ ਅੱਛਾ ਲੱਗ ਰਿਹਾ। ਜੇ ਆਪਾਂ ਸਾਈਡ ਪ੍ਰੋਫਾਈਲ ਦੇਖੀਏ, ਸਾਈਡ ਪ੍ਰੋਫਾਈਲ ਵੀ ਤਕਰੀਬਨ ਪੁੰਟੋ ਨਾਲ ਮਿਲਦੀ ਜੁਲਦੀ ਲੱਗਦੀ ਹੈ। R15 ਇਹਦੇ ਅਲੋਏ ਆਉਣ ਦੀ ਉਮੀਦ ਹੈਗੀ ਇਹਦੇ ਅੰਦਰ, ਅਲੋਏ ਬੜੇ ਖੂਬਸੂਰਤ ਹੈ ਇਹਦੇ ਦਿਖ, ਜੋ ਇੰਡੀਆ ਤੱਕ ਚੇਂਜ ਹੋਣਗੇ, ਪਰ ਫਿਲਹਾਲ ਜੋ ਗੱਡੀ ਦੀ ਦਿਖ ਰਹੀ ਹੈ ਬਣਾਵਟ ਬੜੀ ਖੂਬਸੂਰਤ ਨਜ਼ਰ ਆ ਰਹੀ ਹੈ। ਅਤੇ ਛੱਤ ਜਿਹੜੀ ਹੈਗੀ ਆ ਸਲੋਪ ਦੇ ਅੰਦਰ ਹੈਗੀ ਆ, ਫਲੋਟਿੰਗ ਜਿਹਨੂੰ ਬੋਲਦੇ ਆ, ਉਹ ਅੱਛੀ ਲੱਗ ਰਹੀ ਹੈ ਦੇਖਣ ਨੂੰ, ਖੂਬਸੂਰਤ ਹੈ। ਬੈਕ ਸਾਈਡ ਵੀ ਅੱਛੀ ਹੈ, LED ਟੇਲ ਲੈਂਪਸ ਇਹਦੇ ਅੰਦਰ ਆਉਣਗੇ ਇੰਡੀਆ ਦੇ ਅੰਦਰ ਜੋ ਗੱਡੀ ਆਏਗੀ। ਇੰਟੀਰੀਅਰ ਦੀ ਗੱਲ ਕਰੀਏ, ਇੰਟੀਰੀਅਰ ਦੇ ਅੰਦਰ ਦੇ ਆਲ ਬੈਕ ਇੰਟੀਰੀਅਰ ਫਿਲਹਾਲ ਤੁਹਾਨੂੰ ਮੈਂ ਪਿਕਚਰ ਤੁਹਾਡੇ ਨਾਲ ਸ਼ੇਅਰ ਕਰ ਰਿਹਾ। ਸਾਰਾ ਇੰਟੀਰੀਅਰ ਬਲੈਕ ਹੈਗਾ ਇਹਦਾ, ਫੈਬਰਿਕ ਬੜਾ ਪਿਆਰਾ ਬਣਾਇਆ ਹੋਇਆ, ਅੱਛੀ ਫਿਨਿਸ਼ਿੰਗ, ਫਿਟ ਫਿਨਿਸ਼ ਬੜੀ ਅੱਛੀ ਹੈ, ਪਲਾਸਟਿਕ ਕੁਆਲਿਟੀ ਬੜੀ ਅੱਛੀ ਯੂਜ਼ ਕੀਤੀ ਗਈ ਹੈ ਗੱਡੀ ਦੇ ਅੰਦਰ। ਜਿਹੜੀ ਗੱਡੀ ਦਾ ਇਨਫੋਟੇਨਮੈਂਟ ਸਿਸਟਮ ਆਏਗਾ, ਉਹ ਇਨਫੋਟੇਨਮੈਂਟ ਸਿਸਟਮ 7 ਇੰਚ ਦਾ ਟੱਚ ਸਕਰੀਨ ਇਨਫੋਟੇਨਮੈਂਟ ਸਿਸਟਮ ਹੋਏਗਾ, ਜਿਹੜਾ ਕਿ ਐਂਡਰੋਇਡ ਨਾਲ ਓਪਰੇਟਡ ਹੋਏਗਾ, ਐਪਲ ਕਾਰਪਲੇ ਚੱਲੇਗਾ, ਬਲੂਟੂਥ ਨੈਵੀਗੇਸ਼ਨ ਵਗੈਰਾ, ਜੋ ਵੀ ਅੱਜ ਕੱਲ੍ਹ ਦੇ ਲੇਟੈਸਟ ਗੈਜਟਸ ਨੇ, ਜਿਸ ਲੇਟੈਸਟ ਫੀਚਰਸ ਨੇ, ਉਹ ਫੁੱਲੀ ਲੋਡਡ, ਫੁੱਲੀ ਇਕਵਿਪਡ ਹੋਣਗੇ। ਅਤੇ ਜੋ ਇਹਦੇ ਇੰਟੀਰੀਅਰ ਦੇ ਜੋ ਪਾਰਟਸ ਨੇ, ਹਰ ਜਗ੍ਹਾ 'ਤੇ ਥੋੜ੍ਹਾ ਥੋੜ੍ਹਾ ਕਰੋਮ ਦਾ ਇਸਤੇਮਾਲ ਵੀ ਹੈਗਾ, ਜਿਸ ਤਰ੍ਹਾਂ ਸਟੀਅਰਿੰਗ ਵੀਲ ਹੋ ਗਿਆ, ਜਾਂ ਮੀਟਰ ਦੇ ਕੰਸੋਲ ਹੋ ਗਏ, ਏਸੀ ਇਵੈਂਟਸ ਹੈਗੀਆਂ, ਉਹਨਾਂ ਸਾਰਿਆਂ ਦੇ ਬਾਹਰ ਗੇਅਰ ਨੋਬ ਜਿਹੜੀ ਹੈਗੀ ਉਹਦੇ ਅੰਦਰ ਵੀ ਥੋੜ੍ਹਾ ਥੋੜ੍ਹਾ ਕਿਧਰੇ ਕਰੋਮ ਦਾ ਇਸਤੇਮਾਲ ਕੀਤਾ ਜਾਏਗਾ। ਮੀਟਰ ਡਾਇਲ ਜੋ ਕਹਿ ਲਓ ਕਿ ਸਪੀਡੋਮੀਟਰ ਦੇ ਡਾਇਲ ਕੰਸੋਲ ਜੋ ਹੈਗਾ, ਉਹ ਬੜਾ ਖੂਬਸੂਰਤ ਹੈ ਦੇਖਣ ਨੂੰ, ਬੜਾ ਅੱਛਾ ਹੈ। MID ਮਲਟੀ ਇਨਫੋਰਮੇਸ਼ਨ ਡਿਸਪਲੇ ਜਿਹੜਾ ਹੈਗਾ ਉਹ ਬੜਾ ਅੱਛਾ ਹੈਗਾ, ਦੇਖੋ ਇੰਟੀਰੀਅਰ ਬੜਾ ਖੂਬਸੂਰਤ ਲੱਗ ਰਿਹਾ ਇਹਦਾ। ਅਤੇ 5 ਸੀਟਰ ਹੋਏਗੀ ਗੱਡੀ ਹੈ। ਫਿਲਹਾਲ ਇਸ ਗੱਡੀ ਦੀ ਡਾਇਮੈਂਸ਼ਨ ਜੇ ਮੈਂ ਗੱਲ ਕਰਾਂ ਤਾਂ ਲੈਂਥ ਇਹਦੀ 3997 mm ਹੈਗੀ, ਵੀਲ ਬੇਸ ਹੈਗਾ 2538 mm ਦਾ,
ਤੇ ਇਹਦਾ ਮੁਕਾਬਲਾ ਜੇ ਹੁਣ ਦੇਖੋ ਲਗਾ ਕੇ ਦੇਖੋ ਇੰਡੀਆ ਦੇ ਅੰਦਰ ਇਹਨੂੰ 3995 ਦੇ ਅੰਦਰ ਹੀ ਲਿਆਉਣ ਦੀ ਕੋਸ਼ਿਸ਼ ਕਰਨਗੇ, ਥੋੜ੍ਹਾ ਬਹੁਤਾ ਫਰਕ ਹੈ ਇਹਨਾਂ ਕੋਈ ਦਿੱਕਤ ਨਹੀਂ ਆਏਗੀ। ਅਤੇ ਇਹਦਾ ਮੁਕਾਬਲਾ i20 ਪੁੰਟੋ ਜੈਜ਼ ਅਤੇ ਬਲੇਨੋ ਇਹਨਾਂ ਗੱਡੀਆਂ ਦੇ ਨਾਲ ਦਾ ਮੁਕਾਬਲਾ ਹੋਏਗਾ। ਅਤੇ ਜੇ ਆਪਾਂ ਇੰਜਨ ਦੀ ਗੱਲ ਕਰੀਏ ਇੰਜਨ ਇਹਦੇ ਨਾਲ ਮੇਨਲੀ ਆਉਣਗੇ ਜੀ 1.2 ਲੀਟਰ ਦਾ 3 ਸਿਲੰਡਰ ਪੈਟਰੋਲ ਇੰਜਨ ਜਿਹੜਾ ਆਲਰੇਡੀ ਚੱਲ ਰਿਹਾ ਉਹ ਇੰਜਨ ਦੇ ਅੰਦਰ ਆਉਣ ਦੀ ਪੂਰੀ ਸੰਭਾਵਨਾ ਇੰਡੀਆ ਦੇ ਅੰਦਰ ਵੀ। ਪੈਟਰੋਲ ਤੋਂ ਇਲਾਵਾ ਡੀਜ਼ਲ ਇੰਜਨ ਦੀ ਗੱਲ ਕਰੀਏ 1.4 ਲੀਟਰ ਦਾ 1.4 ਲੀਟਰ ਦਾ ਡੀਜ਼ਲ ਇੰਜਨ ਆਉਣ ਦੀ ਉਮੀਦ ਹੈਗੀ ਹੈ। ਡੀਜ਼ਲ ਇੰਜਨ ਵੀ ਜਿਹੜਾ ਆਏਗਾ ਉਹ ਵੀ ਅਤੇ ਪੈਟਰੋਲ ਇੰਜਨ ਦੋਨੋਂ ਆਟੋਮੈਟਿਕ ਆਉਣ ਦੀ ਵੀ ਪੂਰੀ ਪੂਰੀ ਸੰਭਾਵਨਾ ਹੈਗੀ ਕਿਉਂਕਿ ਸਾਰੀ ਜੋ ਅੱਜ ਕੱਲ੍ਹ ਜੋ ਟ੍ਰੈਂਡ ਚੱਲ ਰਿਹਾ ਆਟੋਮੈਟਿਕ ਦਾ ਹੌਲੀ ਹੌਲੀ ਕਰਕੇ ਟ੍ਰੈਂਡ ਆ ਰਿਹਾ, ਉਸ ਚੀਜ਼ ਨੂੰ ਪਿੱਛੇ ਕਿੱਥੇ ਨਹੀਂ ਰੱਖਣਾ ਚਾਹੁੰਦੇ। ਇਸ ਕਰਕੇ ਗੱਡੀ ਫੁੱਲ ਮਤਲਬ 4 ਵੇਰੀਐਂਟ ਲਗਾ ਲਓ, ਪੈਟਰੋਲ ਡੀਜ਼ਲ ਦੇ 2 ਇੰਜਨ ਹੋ ਗਏ, ਪੈਟਰੋਲ ਡੀਜ਼ਲ ਦੋਨਾਂ 'ਚ ਆਟੋਮੈਟਿਕ ਹੋ ਗਏ, ਇਹ ਚੀਜ਼ਾਂ ਲੈ ਕੇ ਜ਼ਰੂਰ ਆਉਣਗੇ। ਅਤੇ ਟੈਸਟਿੰਗ ਜਿਹੜੀ ਹੈ ਗੱਡੀ ਦੀ ਬਕਾਇਦਾ ਲਗਾਤਾਰ ਚੱਲ ਰਹੀ ਹੈ ਇੰਡੀਆ ਦੇ ਅੰਦਰ, ਅਤੇ ਇਸ ਕਰਕੇ ਗੱਡੀ ਦੇ ਆਉਣ ਦੀ ਪੂਰੀ ਸੰਭਾਵਨਾ ਹੈਗੀ ਹੈ। ਫੈਕਟਰੀ ਨੇ ਉਹ ਰੈਡੀ ਪਈ ਹੈ। ਅਤੇ ਜੋ ਸਟੇਰਿੰਗ ਵੀਲ ਹੈਗਾ ਆਪਾਂ ਮੈਂ ਇੰਟੀਰੀਅਰ ਵਾਰ ਵਾਰ ਆ ਰਿਹਾ ਕਿਉਂਕਿ ਇੰਟੀਰੀਅਰ ਬੜਾ ਅਟਰੈਕਟ ਕਰ ਰਿਹਾ, 3 ਸਪੋਕ ਜਿਹੜਾ ਸਟੇਰਿੰਗ ਵੀਲ ਹੈ ਬੜਾ ਖੂਬਸੂਰਤ ਲੱਗ ਰਿਹਾ, ਅਲੱਗ ਤਰ੍ਹਾਂ ਦਾ ਲੱਗ ਰਿਹਾ, ਥੋੜ੍ਹਾ ਰਿਜਿਡ ਜੀ ਕੁਆਲਿਟੀ ਲੱਗ ਰਹੀ ਹੈ ਉਹਦੀ। ਸਟੇਰਿੰਗ ਮਾਊਂਟਡ ਕੰਟਰੋਲਸ ਬੜੇ ਖੂਬਸੂਰਤ ਨੇ ਇਹਦੇ ਲੱਗ ਰਹੇ। ਅਤੇ ਉਸ ਤੋਂ ਬਾਅਦ ਅਗਰ ਆਪਾਂ ਦੇਖੀਏ ਫੀਚਰਸ ਦੇ ਅੰਦਰ ਦੇਖੀਏ ਤਾਂ ਕਲਾਈਮੇਟ ਕੰਟਰੋਲ ਅਤੇ ਹਿਲ ਅਸਿਸਟ ਇਹ ਚੀਜ਼ਾਂ ਦੇ ਅੰਦਰ ਆਉਣਗੀਆਂ। ਸਿਕਿਉਰਿਟੀ ਦੇ ਅੰਦਰ ਆਪਾਂ ਦੇਖੀਏ ਤਾਂ ABS, EBD, 2 ਏਅਰਬੈਗ ਇਹ ਚੀਜ਼ਾਂ ਦੇ ਅੰਦਰ ਸਟੈਂਡਰਡ ਹੋਣਗੇ। ਅਤੇ ਇਲੈਕਟ੍ਰੋਨਿਕ ਬ੍ਰੇਕ ਸਿਸਟਮ ਇਹਦੇ ਅੰਦਰ ਆਉਣ ਦੀ ਉਮੀਦ ਪੂਰੀ ਪੂਰੀ ਹੈਗੀ ਹੈ। ਅਤੇ ਜੇ ਆਪਾਂ ਗੱਲ ਕਰੀਏ ਇਹ ਮੁੱਦਾ ਆਉਂਦਾ ਜੀ ਐਵਰੇਜ ਦਾ, ਐਵਰੇਜ ਪੈਟਰੋਲ ਅਤੇ ਡੀਜ਼ਲ ਆਪਾਂ ਦੋਨਾਂ ਦੀ ਗੱਲ ਕਰਦੇ ਹਾਂ। ਪੈਟਰੋਲ ਦੇ ਅੰਦਰ 12 ਤੋਂ 14 ਸਿਟੀ ਦੇ ਅੰਦਰ ਦੇਣੀ ਚਾਹੀਦੀ ਹੈ, 16-18 ਦੇ ਕਰੀਬ ਹਾਈਵੇ ਦੇ ਉੱਪਰ। ਅਤੇ ਇਸ ਤਰ੍ਹਾਂ ਹੀ ਜੇ ਡੀਜ਼ਲ ਦੇ ਅੰਦਰ ਆਈਏ ਤਾਂ 14 ਤੋਂ ਲੈ ਕੇ 16 ਦੇ ਕਰੀਬ ਦੀ ਐਵਰੇਜ ਸਾਨੂੰ ਸਿਟੀ ਦੇ ਅੰਦਰ ਮਿਲ ਜਾਣੀ ਚਾਹੀਦੀ ਹੈ। ਅਤੇ 18 ਤੋਂ 22 ਦੇ ਵਿੱਚ ਐਵਰੇਜ ਸਾਨੂੰ ਡੀਜ਼ਲ ਦੀ ਹਾਈਵੇ ਦੇ ਉੱਪਰ ਮਿਲ ਜਾਣੀ ਚਾਹੀਦੀ ਹੈ। ਅੱਛੀ ਗੱਡੀ ਹੈਗੀ, ਐਵਰੇਜ ਵੀ ਸੋਹਣੀ ਹੋਣੀ ਚਾਹੀਦੀ ਹੈ ਇਹਦੀ। ਅਤੇ ਜੇ ਆਪਾਂ ਇਹਦੀ ਕੀਮਤ ਦੀ ਗੱਲ ਕਰੀਏ ਕੀਮਤ ਤੁਹਾਨੂੰ ਬਹੁਤ ਵਾਜਿਬ ਰੱਖਣੀ ਪਏਗੀ, ਬਲੇਨੋ ਜੈਜ਼ ਅਤੇ i20 ਦੇ ਮੁਕਾਬਲੇ 'ਚ ਰੱਖਣੀ ਪਏਗੀ। ਅਤੇ ਉਹ ਅਗਰ ਕੀਮਤ ਦੀ ਗੱਲ ਕਰੀਏ ਤਾਂ ਕੀਮਤ ਇਹਦੀ 5.5 ਤੋਂ ਲੈ ਕੇ 10.5 ਦੇ ਕਰੀਬ, 5.5 ਲੱਖ ਤੋਂ 10.5 ਲੱਖ ਦੇ ਵਿੱਚ ਆਉਣੀ ਚਾਹੀਦੀ ਹੈਗੀ ਹੈ। ਹੁਣ ਗੱਲ ਆ ਗਈ ਜੀ ਇਹ ਗੱਡੀ ਲਾਂਚ ਕਦੋਂ ਹੋਏਗੀ। ਲਾਂਚ ਹੋਣ ਨੂੰ ਜੀ ਹਾਲੇ ਟਾਈਮ ਹੈ, ਤੁਹਾਨੂੰ ਵੀਡੀਓ ਦਿਖਾ ਦਿੱਤੀ ਇਹਦੀ, ਸਾਰਾ ਤੇਰੇ ਫੋਟੋਜ਼ ਦਿਖਾ ਦਿੱਤੀਆਂ। ਲਾਂਚ ਇਹਦਾ ਹੋਣ ਦੀ ਸੰਭਾਵਨਾ ਹੈਗੀ ਜੀ 2020 ਦੇ ਅੰਦਰ। ਇਹਦੇ ਅੰਦਰ ਬਹੁਤ ਸਾਰੀ ਕਮੀਆਂ ਪੇਸ਼ੀਆਂ ਜੋ ਇੰਡੀਆ ਦੇ ਹਿਸਾਬ ਨਾਲ ਸੂਟ ਕਰਨੀ ਚਾਹੀਦੀਆਂ ਅਤੇ ਉਹ ਚੀਜ਼ਾਂ ਉਸ 'ਚ ਨਹੀਂ ਹੈਗੀਆਂ, ਉਹ ਸੰਭਾਲ ਕੇ ਚੱਲਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਵਾਰ ਵਾਰ ਉਹ ਚੀਜ਼ਾਂ ਨੂੰ ਨਹੀਂ ਲੈਣਾ ਚਾਹੁੰਦੇ ਆਪਣੇ ਅੱਗੇ। ਅਤੇ ਸ਼ੋਅ ਕਦੋਂ ਹੋਏਗੀ? ਆਟੋ ਐਕਸਪੋ ਫਰਵਰੀ 'ਚ, ਫਸਟ ਵੀਕ 'ਚ ਆਟੋ ਐਕਸਪੋ ਲੱਗ ਰਿਹਾ, ਉਹਦੇ ਅੰਦਰ ਇਹ ਗੱਡੀ ਸ਼ੋਕੇਸ ਕਰ ਦਿੱਤੀ ਜਾਏਗੀ। ਉਮੀਦ ਹੈ ਗੱਡੀ ਸਭ ਨੂੰ ਪਸੰਦ ਵੀ ਆਏਗੀ ਕਿਉਂਕਿ ਮੈਨੂੰ ਗੱਡੀ ਦੇਖਣ ਨੂੰ ਇੰਟੀਰੀਅਰ ਐਕਸਟੀਰੀਅਰ ਇੰਜਨ ਵਾਈਜ਼ ਵੀ ਗੱਡੀ ਠੀਕ ਲੱਗ ਰਹੀ ਹੈ, ਇੰਡੀਅਨ ਕੰਡੀਸ਼ਨ ਹਿਸਾਬ ਨਾਲ ਮੇਰੇ ਹਿਸਾਬ ਨਾਲ ਗੱਡੀ ਚੱਲ ਜਾਏਗੀ। ਅਤੇ ਉਮੀਦ ਇਹੀ ਹੈ ਜੀ ਗੱਡੀਆਂ ਜਿਹੜੀ ਆ ਰਹੀਆਂ ਅਤੇ ਉਹ ਅੱਗੇ ਸੇਫਟੀ ਸਟੈਂਡਰਡ ਨੂੰ ਔਰ ਚੈਸੀ ਵਾਇਰ ਨੂੰ ਵੈਸੀ ਅਤੇ ਫਰੇਮ ਨੂੰ ਇਸ ਤਰੀਕੇ ਨਾਲ ਮੇਨਟੇਨ ਕਰਕੇ ਚੱਲਣ ਕਿ ਸਾਰੀ ਚੀਜ਼ਾਂ ਦੇ ਉੱਪਰ ਖਰੀ ਉਤਰਨ, ਸੇਫਟੀ ਸਟੈਂਡਰਡ ਦੇ ਅੰਦਰ ਠੀਕ ਰੱਖਣ, ਇੰਜਨ ਵਗੈਰਾ ਇੰਨੇ ਡਿਊਰੇਬਲ ਹੋਣ ਕਿ ਇੰਡੀਅਨਸ ਨੂੰ ਪਸੰਦ ਆਉਣ, ਸਾਨੂੰ ਲੋਕਾਂ ਨੂੰ ਪਸੰਦ ਆਉਣ। ਅਤੇ ਅੱਜ ਦੀ ਵੀਡੀਓ 'ਚ ਇੰਨਾ ਹੀ ਹੈ ਜੀ। ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰੋ, ਅੱਜ ਮੇਰੀ ਰਿਕੁਐਸਟ ਮੰਨ ਲਓ, ਸਬਸਕ੍ਰਾਈਬ ਜ਼ਰੂਰ ਕਰੋ। ਅਤੇ ਵੀਡੀਓ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਅੱਜ ਦੀ ਵੀਡੀਓ 'ਚ ਇੰਨਾ ਹੀ ਸੀ, ਥੈਂਕ ਯੂ।